ਸਤਹੀ ਲੈ ਪਾਰ ਜਾ ਸੰਗਲਾਈ ਪਾਚੋ ਵਾਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬੇ ਮੰਗਲਮ ਸੋਹਾਏ ਸਰਸ ਮਾਨੋ ਆਏ ਵਿਨੋਦਾ ਗਾਵੈ ਸਰਸ ਸੰਤ ਕਮੋਦਾ ਅਸ ਪੁੱਤਰ ਮੈਂ ਕਹੇ ਸਵਾਲੀ ਪੁਨਿਆਈ ਦੀ ਪੱਕੀ ਮਾਰੀ ਕਛੇ ਮਿਲ ਪਟ ਮੰਜਰੀ ਬੋਲੀ ਕਹੀ ਅਲਾਪ ਕਾਮੋ ਦੀ ਔਰ ਗੁਜਰੀ ਸੰਤੀ ਪੱਕੇ ਥਾ ਕਾਲ ਕਾ ਕੁੰਤਲ ਔਰ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਵ ਕਾਂਡਰਾ ਕਲਿਆਣਾ ਅਸ਼ਟਪੁੱਤਰ ਦੀਪਕ ਕੇ ਜਾਣਾ ਸਭ ਮਿਲ ਸੀ ਰਾਗ ਵੈ ਪਾਵੈ ਹਾਂ ਜੋ ਸੰਗ ਬਿਰੰਗਨ ਲਾਵੈ ਬੈਰਾ ਵੀ ਕਰਨਾ ਨੀ ਧਰੀ ਗੌਰੀ ਗਾਵੈ ਸਵਈ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਜ ਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੈ ਮੰਗਲੀ ਪੁਨ ਅਸਲੇ ਕੀ ਪਹਿ ਬਾਰੀ ਇਹ ਪਹਿਰੋ ਕੀ ਪਾਂਚੋ ਨਾਰੀ ਪੰਚਮ ਹਰਖ ਦੇ ਸਾਹਿਬ ਸੁਣਾਵੈ ਬੰਗਾਲ ਮਦ ਮਾਧਵ ਗਾਵੈ ਨਲਤ ਬਿਲਾਵਲ ਗਾਵ ਜੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਪਹਿਰੋ ਕੇ ਗਾਵੈ ਕਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪੈ ਸੰਗ ਰਾਗਨੀ ਪਾਂਚੋ ਥਾਪੈ ਗੌਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਧਨਾਸ਼ਰੀ ਏ ਪਾਂਚੋ ਗਾਏ ਮਾਰ ਰਾਮ ਕੌਸਕ ਸੰਗਲਾਏ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੱਟ ਕੌਸਕ ਉਭਾਰਾ ਖਉ ਖਟ ਪਉ ਰੰਗ ਲਗਾਏ ਅਸ਼ਟਮਾਲ ਕੌਸਕ ਸੰਗਲਾਏ ਜਨਮ ਜਨਮ ਕਾ ਸੋਇਆ ਕਾ ਕੈ ਜਨਮ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਭਾਵੇ ਹਾਂ ਆਪਾਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿਖੇ। ਅੱਜ ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਚਲਾਈ ਹੋਈ ਪਰੰਪਰਾ, ਜੋ ਪਿੰਡੀ ਖੇਪ ਦੀ ਪਰੰਪਰਾ ਹੈ, ਨਏ ਸੰਬਤ ਦੀ ਵਿਕਰਮੀ ਸੰਬਤ ਜੋ ਅੱਜ ਪ੍ਰਾਰੰਭ ਹੋਇਆ ਹੈ, ਇਹ ਨਏ ਸੰਬਤ ਤੋਂ ਪਿੰਡੀ ਖੇਪ ਦੇ ਵਿੱਚ ਵੀ ਇਸੇ ਤਰ੍ਹਾਂ ਮਨਾਇਆ ਜਾਂਦਾ ਸੀ, ਔਰ ਇੱਥੇ ਤਾਂ ਗੁਰਦੁਆਰਾ ਤੋਂ ਖੁੱਲ੍ਹੇ ਮੈਦਾਨ ਦੇ ਵਿੱਚ ਮਨਾਇਆ ਜਾਂਦਾ ਸੀ। ਸੰਗਤਾਂ ਦੂਰ ਦੁਰਾਜਾਂ ਤੋਂ, ਇਹ ਇੱਕ ਪੁਰਾਣੇ ਜਿਹੜੇ ਬਜ਼ੁਰਗ ਲੋਕ ਨੇ ਜਿਨ੍ਹਾਂ ਤੋਂ ਆਪਾਂ ਸੁਣਿਆ, ਇੱਕ ਵਾਰੀ ਇਹੋ ਜਿਹਾ ਮੌਕਾ ਆਇਆ ਕਿ ਹੜ੍ਹ ਆ ਗਿਆ, ਇਹ ਪ੍ਰੋਗਰਾਮ ਚੱਲ ਰਿਹਾ ਸੀ ਨਵੇਂ ਸੰਬਤ ਦਾ ਯੱਗ, ਤੇ ਸੰਗਤਾਂ ਘਬਰਾ ਗਈਆਂ। ਉਸ ਵੇਲੇ ਮਹਾਰਾਜ ਪਿੰਡੀ ਗੇਮ ਵਾਲੇ ਸੰਤ ਬਾਬਾ ਭਗਤ ਸਿੰਘ ਜੀ ਮਹਾਰਾਜ, ਸੰਤ ਬਾਬਾ ਸੁੱਚਾ ਸਿੰਘ ਜੀ ਮਹਾਰਾਜ, ਜੋ 100 ਸਾਲ ਦੇ ਹੋ ਕਰਕੇ, 101 ਸਾਲ ਦੇ ਹੋ ਕਰਕੇ, ਜਿਹਨਾਂ ਨੇ ਜੋ ਹੈ ਆਪਣੀ ਪੂਰਨ ਆਯੂ ਪ੍ਰਾਪਤ ਕਰਕੇ ਆਪਾਂ ਨੂੰ ਦਰਸ਼ਨ ਦਿੱਤੇ ਹੈ, ਉਹਨਾਂ ਮਹਾਂਪੁਰਸ਼ਾਂ ਨੇ ਕੋਈ ਇਹੋ ਜਿਹੀ ਕਲਾ ਵਰਤਾਈ ਕਿ ਉਹ ਹੜ ਆ ਕਰਕੇ ਜਿਹੜਾ ਪਾਣੀ ਆ ਰਿਹਾ ਸੀ ਉਹ ਰਸਤਾ ਛੱਡ ਕੇ ਦੂਜੇ ਪਾਸੇ ਨੂੰ ਚਲਿਆ ਗਿਆ। ਕਹਿਣ ਦਾ ਭਾਵ ਇਹ ਹੈ ਕਿ ਆਪਾਂ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹਾਂ, ਉਹਨਾਂ ਦੀ ਯਾਦ ਨੂੰ ਆਪਾਂ ਤਾਜ਼ਾ ਕਰ ਰਹੇ ਹਾਂ। ਜੋ ਪਰੰਪਰਾ ਸੰਤ ਬਾਬਾ ਭਗਤ ਸਿੰਘ ਜੀ ਮਹਾਰਾਜ, ਪਹਿਲੇ ਸੰਤਾਂ ਨੂੰ ਵੀ ਭਾਈ ਸਾਹਿਬ ਕਿਹਾ ਜਾਂਦਾ ਸੀ, ਬਾਬਾ ਜੀ ਨੂੰ ਭਾਈ ਸਾਹਿਬ ਵੀ ਕਹਿ ਦਿੰਦੇ ਸੀ ਭਗਤ ਸਿੰਘ ਜੀ ਮਹਾਰਾਜ ਨੂੰ, ਤੇ ਉਹਨਾਂ ਦੇ ਜਿੱਥੇ ਜਿੱਥੇ ਉਹਨਾਂ ਦੇ ਚਰਨ ਪਏ ਨੇ ਮਹਾਂਪੁਰਸ਼ਾਂ ਦੇ, ਉਹਨਾਂ ਤੋਂ ਵਰਸਾ ਜੀ ਸੰਤ ਬਾਬਾ ਮਹਾਰਾਜ ਸ੍ਰੀਮੰਤ ਸੁਰਜਾ ਸਿੰਘ ਜੀ, ਜੋ ਨਿਰਮਲ ਪੰਚਾਇਤ ਦੇ ਅਖਾੜੇ ਦੀ ਜਿੱਥੇ ਦੀ ਸੇਵਾ ਮੈਨੂੰ ਮਿਲੀ ਹੈ, ਉਸ ਅਸਥਾਨ 'ਤੇ 100 ਵਰਸ ਦੀ ਆਯੂ ਪ੍ਰਾਪਤ ਉਹਨਾਂ ਨੂੰ ਜੋ ਹੈ ਪ੍ਰਾਪਤ ਹੋਈ, ਅਤੇ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਨੂੰ ਲੈ ਕਰਕੇ, ਉਸ ਵੇਲੇ ਗੱਡਿਆਂ ਦੇ ਵਿੱਚ ਹਾਥੀਆਂ ਦੇ ਉੱਤੇ ਘੋੜਿਆਂ ਦੇ ਸਰ ਨਾਲ ਜੋ ਹੈ, ਕਿਉਂਕਿ ਗੁਰੂ ਮਹਾਰਾਜ ਦੀ ਸਵਾਰੀ ਹਾਥੀ 'ਤੇ ਹੁੰਦੇ ਸੀ, ਗੱਡਿਆਂ ਦੇ ਵਿੱਚ ਸੰਤ ਹੁੰਦੇ ਸੀ, ਹੋਰ ਸਾਰਾ ਸਨਮਾਨ ਹੁੰਦਾ ਸੀ, ਅਤੇ ਸਾਰੀ ਉਹ ਰਮਤ, ਉਸਨੂੰ ਕਹਿੰਦੇ ਸੀ ਰਮਤ, ਜੋ ਡਗਰ ਡਗਰ ਨਗਰ ਨਗਰ ਫਿਰਦਾ ਹੋਇਆ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਚਾਰ ਕਰਦਾ ਸੀ, ਉਸਦੀ ਰਮਤ ਜੋ ਹੈ ਇਹਨਾਂ ਮਹਾਂਪੁਰਸ਼ਾਂ ਨੇ, ਸ੍ਰੀਮਾਨ ਸੁੱਚਾ ਸਿੰਘ ਜੀ ਮਹਾਰਾਜ ਨੇ ਜੋ ਹੈ ਉਹ ਸਾਰੇ ਸੰਸਾਰ ਦੇ ਵਿੱਚ ਜੋ ਹੈ ਹਿੰਦੀ ਗੇਮ ਦਾ ਡੰਕਾ ਵਜਾਇਆ, ਉਹਨਾਂ ਦੀ ਯਾਦ ਨੂੰ ਆਪਾਂ ਜਿੰਦਾ ਕਰ ਰਹੇ ਹਾਂ, ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਰਹੇ ਹਾਂ। ਅੱਜ ਵਿਕਰਮੀ ਸੰਬਤ 2080 ਇਹ ਵੈਸੇ ਸੋਭਨ ਨਾਮ ਦਾ ਸੰਵਤਸਰ ਹੈ, ਇਹ ਸਾਰਿਆਂ ਵਾਸਤੇ ਸੁੱਖ ਸਾਰੀ ਸਮਰੁੱਧੀ ਹੈ, ਵਾਰੀ ਸਾਰੀ ਗੁਰਦੁਆਰਾ ਗੁਰੂ ਦੀ ਹਜ਼ੂਰੀ ਦੇ ਵਿੱਚ ਮਨਾ ਰਹੇ ਹੋ, ਤਾਂ ਇਸ ਕਰਕੇ ਕੋਈ ਸੰਦੇਹ ਵਾਲੀ ਗੱਲ ਹੀ ਨਹੀਂ। ਇਹ ਸਭ ਆਪਦਾ ਜੋ ਹੈ ਸ਼ਾਂਤੀਪੂਰਵਕ ਲਾਭਕਾਰੀ ਹੈ, ਸੁਰਮਿਆ ਸਨ ਔਰ
ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।